ਪੰਜਾਬੀ ਸੱਭਿਆਚਾਰ, ਭਾਈਚਾਰਕ ਸਾਂਝ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਗਟਾਉਂਦੀਆਂ ਪੰਜਾਬੀ ਫਿਲਮਾਂ ਦਾ ਮਿਲਮਾਂਕਣ ਅਕਸਰ ਦੇਸ਼ਾਂ ਵਿਦੇਸ਼ਾਂ ਵਿੱਚ ਚੱਲਦਾ ਰਹਿੰਦਾ ਹੈ। ਅਜਿਹੀ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਮੰਜੇ ਬਿਸਤਰੇ 'ਤੇ, ਜਿਸ ਵਿੱਚ ਕਨੇਡਾ 'ਚ ਵਸਦੀ ਪੰਜਾਬੀਅਤ ਦੀ ਮਾਣ ਪੰਜਾਬੀ ਧੀ ਜਸ਼ਨ ਨਾਗਰਾ ਨੇ ਇਸ ਫਿਲਮ ਵਿੱਚ ਸੈਕਿੰਡ ਹੀਰੋਇਨ ਦਾ ਬਹੁਤ ਹੀ ਸ਼ਲਾਘਾਯੋਗ ਰੋਲ ਨਿਭਾਇਆ। ਇਹ ਫਿਲਮ ਬਲਜੀਤ ਸਿੰਘ ਨੇ ਡਾਇਰੈਕਟ ਕੀਤੀ ਹੈ ਅਤੇ ਮੇਨ ਹੀਰੋ ਕਹਾਣੀ ਲੇਖਕ ਪ੍ਰੋਡਿਊਸਰ ਗਿੱਪੀ ਗਰੇਵਾਲ ਅਤੇ ਹੀਰੋਇਨ ਸਿਮੀ ਚਾਹਲ, ਸੈਕਿੰਡ ਲੀਡ ਤੇ ਜਸ਼ਨ ਨਾਗਰਾ, ਸਰਦਾਰ ਸੋਹੀ, ਮਲਕੀਤ ਰੋਣੀ, ਗੁਰਪ੍ਰੀਤ ਘੁੱਗੀ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਅਦਾਇਗੀ ਨਿਭਾਈ ਹੈ। ਜਸ਼ਨ ਨਾਗਰਾ ਨੇ ਇਸ ਫਿਲਮ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਲੱਗ ਅਲੱਗ ਭੂਮਿਕਾਵਾਂ ਨਿਭਾ ਚੁੱਕੇ ਹਨ। ਇਸ ਫਿਲਮ ਵਿੱਚ ਜਸ਼ਨ ਨਾਗਰਾ ਨੇ ਡੈਬਿਊ ਕੀਤਾ ਹੈ ਅਤੇ ਇਸ ਫਿਲਮ ਵਿੱਚ ਪੰਮੀ ਦੀ ਭੂਮਿਕਾ ਬਹੁਤ ਹੀ ਸੁਚੇਜੇ ਢੰਗ ਦੇ ਨਾਲ ਨਿਭਾਈ ਗਈ ਹੈ।